ਹਾਏ ਹਾਏ ਐਤਕੀ ਉਹ ਕਢਾਈ ਕੀਤੀ ਇਹਨਾਂ ਨੇ ਚਾਦਰ ਤੇ ਕੋਕ ਸਟੂਡੀਓ। ਵਾਹ ਵਾਹ, ਆਈ ਨੀਡ ਦਿਸ ਬਲੈਂਕਟ ਯਾਰ, ਮੈਂ ਆਪਦੇ ਬੈੱਡ ਤੇ ਵਿਛਾਉਣੀ ਹੈ। ਬਨ ਸਫਰ ਮੇ ਜੋ ਮਾਂ ਹੋ ਜਾਤਾ ਪਿਓ ਨਾਲ ਛਾਕ ਜੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਵੀ ਸਾਰੇ ਜਣੇ ਬਹੁਤ ਜ਼ਿਆਦਾ ਘੈਂਟ ਹੋਵੋਗੇ। ਅੱਜ ਦੀ ਜਿਹੜੀ ਵੀਡੀਓ ਵੀ ਕੋਕ ਸਟੂਡੀਓ 15 15ਵਾਂ ਸੀਜ਼ਨ ਤੁਹਾਡੇ ਪਾਕਿਸਤਾਨ ਦੇ ਵਿੱਚ ਲਾਂਚ ਕਰ ਦਿੱਤਾ ਗਿਆ ਜੀ, ਕੋਕ ਸਟੂਡੀਓ ਪਾਕਿਸਤਾਨ ਦੇ ਚੈਨਲ 'ਤੇ। ਅਤੇ ਦੇਖੋ, ਪਹਿਲੀ ਗੱਲ ਤਾਂ ਹੈ ਕਿ ਜੇਕਰ ਆਪਾਂ ਗੱਲ ਕਰਨੀ ਹੋਵੇ ਮਿਊਜ਼ਿਕ ਦੀ, ਤਾਂ ਪਾਕਿਸਤਾਨ ਨੂੰ ਸ਼ਾਇਦ ਕੋਈ ਬੀਟ ਨਹੀਂ ਕਰ ਪਾਊਗਾ ਇਨ ਦਾ ਮਿਊਜ਼ਿਕ, ਠੀਕ ਹੈ। ਅਤੇ ਕੋਕ ਸਟੂਡੀਓ ਉਹਦਾ ਇੱਕ ਇਹੋ ਜਿਹਾ ਵੈਂਚਰ ਹੈ ਜਿਹੜਾ ਕਿ ਸ਼ਾਇਦ ਉਹਦੀ ਕੁਆਲਿਟੀ ਉਸ ਲੈਵਲ ਨੂੰ ਬੀਟ ਕਰਨਾ ਪੂਰੀ ਦੁਨੀਆ ਦੇ ਲਈ ਇਹ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੋ ਚੁੱਕਿਆ। ਇਹ ਮੈਂ ਸਿਰਫ ਕੋਈ ਫੋਕੀ ਤਾਰੀਫ ਨਹੀਂ ਕਰ ਰਿਹਾ, ਨਾ ਹੀ ਇਹ ਵੀਡੀਓਜ਼ ਕੋਈ ਸਪੋਂਸਰਡ ਹੈ, ਨਾ ਹੀ ਜ਼ੁਲਫੀ ਭਾਅ ਜੀ ਨੇ ਮੈਨੂੰ ਕੁਛ ਕਿਹਾ ਕਿ ਹਾਂ ਵੀ ਸਾਡੇ ਰਿਐਕਸ਼ਨ ਕਰੋ। ਸਗੋਂ ਉਹਨਾਂ ਨੂੰ ਮੈਂ ਮੈਸੇਜ ਕੀਤਾ, ਮੈਂ ਕਿਹਾ ਭਾਅ ਜੀ ਕਿ ਅਸੀਂ ਤੁਹਾਡੇ 'ਤੇ ਰਿਐਕਸ਼ਨ ਕਰ ਸਕਦੇ ਹਾਂ ਵੀਡੀਓਜ਼ ਦੇ, ਸੋ ਲੇਕਿਨ ਉਹਨਾਂ ਦੀ ਰਿਪਲਾਈ ਆਉਣ ਤੋਂ ਪਹਿਲਾਂ ਮੈਂ ਰਿਕਾਰਡ ਕਰ ਰਿਹਾ, ਕਿਉਂਕਿ ਸੀਰੀਅਸਲੀ ਮੈਂ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਕੋਕ ਸਟੂਡੀਓ ਦਾ ਪਹਿਲਾ ਜਿਹੜਾ ਗਾਣਾ ਸੁਣਨ ਲਈ। ਗਾਣਾ ਇਹ ਕਹਿ ਰਿਹਾ ਜੀ ਸਿੰਧੀ ਹੈ, ਅਤੇ ਦੇਖਦੇ ਹਾਂ ਕਿ ਕਿਹੋ ਜਿਹਾ ਗਾਣਾ ਹੋਊਗਾ। ਅਤੇ ਪਰ ਕੋਕ ਸਟੂਡੀਓ ਦੀ ਇੱਕ ਇਹ ਵੀ ਖਾਸੀਅਤ ਹੈ ਕਿ ਇਹ ਦੁਨੀਆ ਭਰ ਦੇ ਕਲਚਰ ਨੂੰ ਨਾ ਇਕੱਠਾ ਕਰ ਲੈਂਦੇ ਆ, ਇਕੱਠਾ ਕਰਕੇ ਫਿਰ ਉਹ ਦਿਖਾ ਦਿੰਦੇ ਆ ਕਿ ਮੈਂ ਦੁਨੀਆ ਭਰ ਕਿਉਂ ਕਹਿ ਰਿਹਾ, ਕਿਉਂਕਿ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਕਲਚਰ ਹੈ ਉਹ ਲੋਕ ਇੰਡੀਆ 'ਚ ਵੀ ਬੈਠੇ ਆ। ਹੁਣ ਸਿੰਧੀ ਕਲਚਰ ਦੀ ਗੱਲ ਕਰਦੇ ਹਾਂ ਤਾਂ ਇੰਡੀਆ 'ਚ ਵੀ ਬਹੁਤ ਲੋਕ ਬੈਠੇ ਆ, ਅਤੇ ਆਲ ਅਰਾਊਂਡ ਦਾ ਵਰਲਡ ਲੋਕ ਫੈਲੇ ਪਏ ਆ ਹਰ ਕਲਚਰ ਦੇ, ਠੀਕ ਹੈ। ਦੈਟਸ ਵਾਈ ਮੈਂ ਪੂਰੀ ਦੁਨੀਆ ਦਾ ਨਾਮ ਲਿਆ। ਅਤੇ ਬਾਕੀ ਦੇਖਦੇ ਹਾਂ ਪਹਿਲਾ ਗਾਣਾ ਕੋਕ ਸਟੂਡੀਓ ਦਾ 15ਵੇਂ ਸੀਜ਼ਨ ਦਾ ਆਈ ਆਈ। ਬਿਨਾਂ ਕਿਸੇ ਦੇਰ ਤੋਂ ਵੀਡੀਓ ਕਰਾਂਗੇ ਸ਼ੁਰੂ, ਆ ਜਾਓ। ਸੋ ਇਹ ਜੀ ਚੈਨਲ ਕੋਕ ਸਟੂਡੀਓ ਪਾਕਿਸਤਾਨ, ਜਿੱਥੇ ਆਈ ਆਈ ਕੱਲ੍ਹ ਇਹਨਾਂ ਨੇ ਰਿਲੀਜ਼ ਕੀਤਾ ਗਾਣਾ, 1.6 million ਵਿਊਜ਼ ਹੋ ਚੁੱਕੇ ਆ। ਦੇਖੋ, ਸਟਾਰਟ ਕਰਨ ਤੋਂ ਪਹਿਲਾਂ ਥੋੜ੍ਹੇ ਜਿਹੇ ਕਮੈਂਟ ਅਤੇ ਕ੍ਰੈਡਿਟਸ ਦੇ ਵਿੱਚ ਝਾਤੀ ਮਾਰਾਂਗੇ ਆਪਾਂ। ਪ੍ਰੋਡਿਊਸਡ ਬਾਈ ਜ਼ੁਲਫੀ ਭਾਅ ਜੀ, ਜੀਓ ਨੈਟਵਰਕ ਇਸ ਵਾਰ ਮੀਡੀਆ ਪਾਰਟਨਰ ਇਹਨਾਂ ਦੇ, ਅਤੇ ਜਿਰਾਫ ਪਾਕਿਸਤਾਨ, ਜਿਰਾਫੀ ਕਹਿੰਦੇ ਜਾਂ ਜਿਰਾਫ ਕਹਿੰਦੇ ਆ, ਉਹ ਪ੍ਰੋਡਿਊਸ ਕੀਤਾ ਉਹਨਾਂ ਨੇ, ਠੀਕ ਹੈ ਜੀ। ਅਤੇ ਬਾਕੀ ਜੇਕਰ ਕਮੈਂਟ ਦੀ ਗੱਲ ਕਰੀਏ, ਵਨ ਆਫ ਦਾ ਬੈਸਟ ਥਿੰਗ ਅਬਾਊਟ ਕੋਕ ਸਟੂਡੀਓ ਬਿਸਾਈਡਸ ਬਲੈਸਿੰਗ ਅਸ ਦਾ ਟੋਪ ਟਾਇਰ ਮਿਊਜ਼ਿਕ ਇਜ਼ ਦੈਮ ਹਾਈਲਾਈਟਿੰਗ ਪੀਪਲ ਬਿਲੋਂਗਿੰਗ ਫਰੋਮ ਡਿਫਰੈਂਟ ਕਲਚਰਸ ਇਨ ਪਾਕਿਸਤਾਨ। ਯਾਰ ਇਹ ਤਾਂ ਮੈਂ ਹੁਣੇ ਗੱਲ ਕਰਕੇ ਹਟਿਆ, ਮੇਰੇ ਦਿਲ ਦੀ ਗੱਲ ਛੀਨ ਲਈ ਇਸ ਮੁੰਡੇ ਨੇ ਕਿ ਕੁੜੀ ਨੇ, ਪਿਕਸੀ 1802 ਨੇ। ਸੋ ਚਲੋ ਦੇਖੋ, ਇੰਡੀਆ ਵਿੱਚ ਵੀ ਬਹੁਤ ਗਾਣੇ ਸੁਣੇ ਜਾਂਦੇ ਆ ਇਹਨਾਂ ਦੇ, ਅਤੇ ਇੱਦਾਂ ਹੀ ਸੁਣੇ ਜਾਂਦੇ ਰਹਿਣਗੇ। ਕੋਰੀਅਨਸ ਪ੍ਰੋਡਿਊਸ ਕੇ ਡਰਾਮਾਜ਼ ਵੀ ਪਾਕਿਸਤਾਨ ਸਾਹਿਬ ਕੋਕ ਸਟੂਡੀਓ ਫੋਰ ਕਲਚਰਲ ਐਕਸਚੇਂਜ, ਹੈਡਸ ਆਫ ਦਾ ਬੈਸਟ ਮਿਊਜ਼ਿਕ ਇੰਡਸਟਰੀ। ਵਾਓ ਬਈ, ਦੇਖੋ ਇੱਕ ਦਿਨ 'ਚ 4000 ਤੋਂ ਉੱਤੇ ਕਮੈਂਟ ਹੈ ਅਤੇ 1.6 million ਵਿਊਜ਼ ਹੈ। ਸੋ ਆਈ ਕਾਂਟ ਵੇਟ ਟੂ ਸੀ ਦਿਸ ਬਲੋਕ ਬਸਟਰ ਸੌਂਗ। ਹੁਣ ਦੇਖਦੇ ਓਪਨਿੰਗ ਸੌਂਗ ਕਿੱਦਾਂ ਦਾ, ਆਓ ਦੇਖੀਏ ਬਿਨਾਂ ਕਿਸੇ ਦੇਰ ਤੋਂ। ਕੋਕ ਸਟੂਡੀਓ ਸੀਜ਼ਨ 15। ਓ ਵਾਟ ਆ ਕੁਆਲਿਟੀ ਯਾਰ, ਹੈਡਫੋਨ ਲਾ ਲਓ ਸਾਰੇ ਜਣੇ। ਓਕੇ, ਨੋਟ ਆ ਸਟੂਡੀਓ, ਇਹਨਾਂ ਨੂੰ ਦੇਖ ਕੇ ਮੈਨੂੰ ਡੈਜ਼ਰਟ ਵਾਲੀ ਫੀਲ ਆ ਗਈ ਨਾ, ਕਿ ਉੱਧਰਲੇ ਇਲਾਕੇ 'ਚੋਂ ਇਹਨਾਂ ਨੇ ਉਹ ਕਲਚਰ ਚੱਕ ਕੇ ਲਿਆਉਂਦਾ। ਸਾਡੇ ਰਾਜਸਥਾਨੀ ਕਲਚਰ ਹੈ ਇੱਧਰ ਇਹੋ ਜਿਹਾ, ਤੁਹਾਡੇ ਸ਼ਾਇਦ ਬਲੂਚਿਸਤਾਨ ਜਾਂ ਸਿੰਧ ਦੇ ਵਿੱਚ ਸੂਕੜ ਇੱਕ ਹੈਗਾ ਨਾ, ਸੂਕੁਰ, ਸੋਰੀ ਮੈਂ ਗਲਤ ਪ੍ਰੋਨਾਊਂਸ ਕਰ ਰਿਹਾ ਤਾਂ। ਓਕੇ, ਆਏ ਹਾਏ ਐਤਕੀ ਉਹ ਕਢਾਈ ਕੀਤੀ ਇਹਨਾਂ ਨੇ ਚਾਦਰ ਤੇ ਕੋਕ ਸਟੂਡੀਓ। ਵਾਹ ਵਾਹ, ਆਈ ਨੀਡ ਦਿਸ ਬਲੈਂਕਟ ਯਾਰ, ਮੈਂ ਆਪਦੇ ਬੈੱਡ ਤੇ ਵਿਛਾਉਣੀ ਹੈ। ਨੁਮਾਨ ਅਲੀ ਰਾਜਪੁਰ, ਬਾਬਰ ਮੰਗੀ ਤੇ ਮਰਵੀ ਸਾਹਿਬਾਨ। ਓਕੇ, ਆ
ਤਾਂ ਛਾ ਕਰਨੋ ਨਾਏ ਤੂੰ ਚੋਥ ਬੁਦਾਈ ਜ਼ੋਰ ਜੀ ਮਹਿੰਦੀ ਲਗੰਦੀ ਓਕੇ 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 ਲੈਟਸ ਵੇਟ ਵੀ ਹੈਵ ਟੂ ਪਲੇ ਇਟ ਔਨ YouTube ਸੋ ਦੈਟ ਵੀ ਕੈਨ ਗੈਟ ਸਮ ਸਬਟਾਈਟਲਸ ਸਬਟਾਈਟਲਸ ਠੀਕ ਹੈ ਤਾਂ ਜੋ ਆਪਾਂ ਨੂੰ ਸਮਝ ਲੱਗ ਸਕੇ ਸੋ ਇੱਥੋਂ ਜੀ ਸ਼ੁਰੂ ਕਰਾਂਗੇ ਇੱਥੋਂ ਠੀਕ ਹੈ ਇਹ ਬੈਂਜੋ ਹੈ ਨਾ ਸ਼ਾਇਦ ਮੈਂ ਭੁੱਲ ਗਿਆ ਯਾਰ ਛਾ ਕਰਨੋ ਆ ਛਾ ਕਰਨੋ ਨਾਏ ਤੂੰ ਚੋਥ ਬੁਦਾਈ ਜ਼ੋਰ ਜੀ ਮਹਿੰਦੀ ਲਗੰਦੀ ਨਾਏ ਓਕੇ ਛਾ ਕਰਨੋ ਵਾਹੇ ਮੁਖੇ ਛਾ ਨਾਏ ਤੂੰ ਛੋ ਬੁਦਾਈ ਮੂੰਜੇ ਲਾਏ ਜਦੇ ਤਾੜੀ ਨ ਵਜਾਈ ਤੂੰ ਜੇ ਹਾਲਤੇ ਆਈ ਸਵਾਲ ਤੇ ਗਾਲ ਛਾ ਕਜੇ ਗਨ ਸਫਰ ਮੇ ਜੋ ਮਾ ਹੋ ਜਾ ਤਬਿਓ ਨਾਲ ਛਾ ਕਜੇ ਖਾਬਨ ਕੇ ਵਕੋੜਿਓ ਥਈ ਪਾਣੀ ਕੇ ਬੋੜਿਓ ਥਈ ਤੋ ਖੀਏ ਮੋਟ ਦੇ ਦਿਸੀ ਜੈ ਦੀ ਸਾਰੀ ਖੁਦਾਈ ਆਈ ਆਈ ਕਾਮਯਾਬੀ ਏਡੀ ਵਡਾਈ ਬਕੇਰੇ ਕਮ ਜੀ ਮੁਖਾਂ ਪਿੱਛੋਂ ਮਾ ਤੇ ਕੰਦੋ ਗਾਲ ਕਜੀ ਅਤੀ ਦਿਲ ਮੇ ਜੇਕੋ ਵੀ ਗਾਏ ਜੇਕੋ ਵੀ ਥਿਆਂ ਤੂੰ ਚਾਹੇ ਹਾਣ ਤੂੰ ਧੀ ਦੇਖਾ ਹਿਤੇ ਹਿਸਾਬ ਕੋ ਨਾ ਹੈ ਦੁਨੀਆ ਹੈ ਖਵਾਂ ਦੇ ਕਾਇਮ ਸੋਚਾਂ ਸਾ ਬਾਣ ਕੇ ਟਾਇਮ ਜ਼ਿੰਦਗੀ ਹਲਾਂਦੀ ਰਹਿੰਦੀ ਰੁਕੰਦੀ ਕਦੇ ਵੀ ਨਾ ਹੈ ਬਟ ਵਰਾ ਕੇ ਸਤਾਈ ਸੁਮਨੇ ਪਵਨ ਮੇ ਬੈਠੋ ਤੂੰ ਆਸਮਾਨ ਚੁਮਨੇ ਹਾਂ ਤੇਰੇ ਵੀ ਥੀਨੀ ਡ੍ਰੌਪ ਛਾ ਤੂੰ ਜੁਮਨੇ ਪੰਜੇ ਜੇ ਸਿੱਕੇ ਤੇ ਲੜਕਾਣ ਘੁਮਨੇ ਖਬਲ ਕੇ ਵਕੋੜਿਓ ਤਈ ਪਾਣੀ ਕੇ ਬੋੜਿਓ ਤਈ ਤੋ ਕੇ ਓਕੇ 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 ਦਿਸ ਇਜ਼ ਰੀਅਲੀ ਕੂਲ ਥਿੰਗ ਕਿ ਤੁਸੀਂ ਕਿਸੇ ਪਿੰਡ ਦੇ ਵਿੱਚੋਂ ਕਿਸੇ ਅੰਡਰਰੇਟਡ ਆਰਟਿਸਟ ਨੂੰ ਚੱਕ ਕੇ ਉਹਨਾਂ ਨੂੰ ਤੁਸੀਂ ਐਡੇ ਵੱਡੇ ਪਲੈਟਫਾਰਮ 'ਤੇ ਲੈ ਕੇ ਆ ਰਹੇ ਹੋ ਐਂਡ ਲਿਟਰਲੀ ਬਹੁਤ ਵਧੀਆ ਲੱਗ ਰਿਹਾ ਦੇਖ ਕੇ ਐਂਡ ਆਈ ਐਮ ਸੋ ਐਕਸਾਈਟਡ ਟੂ ਵਾਚ ਦਿਸ ਵੀਡੀਓ ਬਿਕੋਜ਼ ਇੱਕ ਤਾਂ ਦੇਖੋ ਸਿੰਧੀ ਲੈਂਗੁਏਜ ਹੈ ਪ੍ਰੋਪਰ ਮੈਨੂੰ ਸਮਝ ਤਾਂ ਨਹੀਂ ਆ ਰਹੀ ਸਿੰਧੀ ਲੈਂਗੁਏਜ ਦੀ ਲੇਕਿਨ ਮੈਂ ਸਬਟਾਈਟਲਸ ਔਨ ਜ਼ਰੂਰ ਕੀਤੇ ਹੈ ਸੋ ਐਟ ਦਾ ਸੇਮ ਟਾਈਮ ਆਈ ਹੈਵ ਟੂ ਓਬਜ਼ਰਵ ਐਵਰੀਥਿੰਗ ਕਿ ਮੈਨੂੰ ਕੈਮਰਾ ਕੁਆਲਿਟੀ ਵੀ ਦੇਖਣੀ ਹੈ ਮੈਂ ਮਿਊਜ਼ਿਕ ਵੀ ਦੇਖਣਾ ਮੈਂ ਪਿੱਛੇ ਜੋ ਇਹਨਾਂ ਨੇ ਸੈਟਅਪ ਲਗਾਇਆ ਮੈਂ ਉਹ ਵੀ ਦੇਖਣਾ ਠੀਕ ਹੈ ਮੈਂ ਪੜ੍ਹਨਾ ਵੀ ਹੈ ਕਿ ਕੀ ਕੀ ਲਿਖਿਆ ਸੋ ਆਈ ਥਿੰਕ ਮੈਨੂੰ ਨਾ ਦੁਬਾਰਾ ਦੇਖਣਾ ਪੈਣਾ ਗਾਣਾ ਰਿਐਕਸ਼ਨ ਤੋਂ ਬਾਅਦ ਤਾਂ ਜੋ ਮੈਂ ਹਰ ਚੀਜ਼ ਨੂੰ ਡੀਪਲੀ ਅੰਡਰਸਟੈਂਡ ਕਰ ਸਕਾਂ ਅਤੇ ਇਹਦਾ ਚੰਗੀ ਤਰ੍ਹਾਂ ਜਿਹੜਾ ਰਿਵਿਊ ਕਰ ਸਕਾਂ ਕੈਮਰਾ ਕੁਆਲਿਟੀ ਜ਼ਬਰਦਸਤ ਹੈ ਯਾਰ ਇਸ ਵਾਰ ਸੀਰੀਅਸਲੀ ਐਂਡ ਜਿਹੜਾ ਇਹਨਾਂ ਨੇ ਇੱਕ ਥੀਮ ਕ੍ਰੀਏਟ ਕੀਤਾ ਨਾ ਕਿ ਇੱਕ ਜਿੱਦਾਂ ਪਿੰਡਾਂ ਵਾਲੇ ਘਰ ਹੁੰਦੇ ਪਹਿਲਾਂ ਮਿੱਟੀਆਂ ਵਾਲੇ ਘਰ ਹੁੰਦੇ ਸੀ ਨਾ ਮਿੱਟੀ ਦੇ ਬਣਾਏ ਜਾਂਦੇ ਸੀ ਉੱਦਾਂ ਦਾ ਚੀਜ਼ ਹੈ ਸਾਰਾ ਕੁਛ ਐਂਡ
ਰੀਅਲ ਕਲਚਰ ਨੂੰ ਚੱਕ ਕੇ ਲੈ ਕੇ ਆਇਆ ਹੈ। ਐਂਡ ਉੱਥੇ ਹੀ ਇਹਨਾਂ ਨੇ ਇੰਸਟਰੂਮੈਂਟਸ ਵੀ ਆਪਣੇ ਪਲੇ ਕੀਤੇ, ਡਿਜੀਟਲੀ ਐਡਵਾਂਸਡ ਜਿਹੜੇ ਇੰਸਟਰੂਮੈਂਟਸ ਅੱਜ ਕੱਲ੍ਹ ਦੇਖਣ 'ਚ ਯਾਰ ਮਜ਼ਾ ਆਉਂਦਾ, ਏ ਆਈ ਦਾ ਜ਼ਮਾਨਾ, ਦੇਖੋ ਕਿੰਨੇ ਜ਼ਬਰਦਸਤ ਇੰਸਟਰੂਮੈਂਟ ਚੱਕੇ ਆ ਇਹਨਾਂ ਨੇ। ਅਤੇ ਉਸ ਤੋਂ ਬਾਅਦ ਜਿਹੜਾ ਲਿਰਿਕਸ ਦੇਖੋ ਕਿੰਨੇ ਜ਼ਬਰਦਸਤ ਹੈ, ਰੈਪ ਦੇ ਵਿੱਚੋਂ ਇੱਕ ਰੈਪ ਦਾ ਵਰਸ ਆਇਆ, ਪਹਿਲਾਂ ਇੱਕ ਵਰਸ ਆਇਆ ਸੀ ਆਈ 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 ਦੇਖੋ ਕਿੱਦਾਂ ਉਹ ਆਈ, ਹੈ ਨਾ। ਅਤੇ ਉਸ ਤੋਂ ਬਾਅਦ ਆ ਮੁੰਡੇ ਦਾ ਜਿਹੜਾ ਰੈਪ ਸੀ ਕਾਫੀ ਇੰਸਪਾਇਰਿੰਗ ਸੀਗਾ। ਐਂਡ ਨਾਓ ਜਿਹੜੇ ਲੇਡੀ ਹੁਣ ਆਏ ਹੈ, ਇਹਨਾਂ ਦਾ ਦੇਖਣਾ ਹੋਏਗਾ ਕਿ ਕੀ ਰੰਗ ਚਾੜਦੇ ਆ, ਆਓ ਦੇਖੀਏ ਅੱਗੇ। ਲਿਰਿਕਸ ਦੀ ਕਿਆ ਓ ਵਾਓ ਪੀਕੋਕ, ਨਾਈਸ। ਓਕੇ ਦੇ ਆਰ ਟਾਕਿੰਗ ਅਬਾਊਟ ਦਾ ਪੀਕੋਕ। ਬਨਰਸ ਜਿਨਕ ਤੋ ਉਂਧਾਈ ਵੈਲੀ ਮੁਹਜੋ ਰਾਣਲ ਪੋਤੋ ਪਰਸਾਈ ਵੈਲੀ ਜਿਨਖ ਤੋ ਉਂਦਾਈ ਵਿਲੀ ਮੁਹਿੰਜੋ ਰਾਣਲ ਪੋ ਤੋ ਪਰ ਸਾਈ ਵਿਲੀ ਆਮਨ ਕੇ ਤੋ ਖਾਬ ਨਿਖਾਰਿਆ ਜਾਗੀ ਪਿਆ ਤੇ ਖਲਵਾਰਾ ਆਪਲੇ ਮੇ ਉਹ ਤਨਹਾ ਨਾਏ ਗੱਡਾ ਦਾ ਸਭ ਕਾ ਖਨਵਾਰਾ ਕੱਲ ਸਫੋ ਜ਼ਿੰਦਗੀ ਤੇ ਦਿਨ ਹੋ ਤੈ ਕੋਈ ਬੁਦੀ ਨ ਤੋ ਪਿਆਰਾ ਤੋ ਕੇ ਇਹ ਮੋਟ ਦੇ ਦਿਸੀ ਜੈ ਤੀ ਸਾਰੀ ਖੁਦਾਈ। Sound of the nation, okay? I love that more, yaar. Oh, wow, superb. ਐਂਡ ਬਹੁਤ ਜ਼ਬਰਦਸਤ ਸੀਗਾ। ਮੈਂ ਹੈੱਡਫੋਨਸ ਨੂੰ ਥੋੜ੍ਹਾ ਪ੍ਰੈਸ ਇਸ ਕਰਕੇ ਕਰ ਰਿਹਾ ਸੀ ਕਿ ਤੁਹਾਨੂੰ ਮੈਂ ਇੱਕ ਸੁਰ ਨੂੰ ਧਿਆਨ ਨਾਲ ਇੱਕ ਇੱਕ ਬੀਟ ਨੂੰ ਥੋੜ੍ਹਾ ਇਮੈਜਿਨ ਕਰ ਸਕਾਂ, ਸੁਣ ਸਕਾਂ, ਉਹਦੀ ਫੀਲ ਲੈ ਸਕਾਂ। ਆਈ ਥਿੰਕ ਦਿਸ ਟਾਈਮ ਕਿਸ ਚੀਜ਼ ਦੀ ਕਮੀ ਸੀ ਯਾਰ, ਮੈਨੂੰ ਤਾਂ ਕੋਈ ਕਮੀ ਨਹੀਂ ਲੱਗੀ, ਇਹਨਾਂ ਨੇ ਹਰ ਚੀਜ਼ ਪਾਈ ਹੈ। ਐਂਡ ਦ ਮੇਨ ਥਿੰਗ ਇਜ਼ ਕਿ ਬੜੇ ਲਿਮਿਟੇਸ਼ਨਸ ਦੇ ਨਾਲ ਪਾਈ ਹੈ, ਕਿਤੇ ਵੀ ਤੁਹਾਨੂੰ ਓਵਰ ਨਹੀਂ ਲੱਗਾ। ਲੇਕਿਨ ਦੇਖੋ ਇਹਦੇ ਵਿੱਚ ਕੀ ਹੈ, ਸੈਟਅਪ ਵੀ ਹੈ, ਇਹਨਾਂ ਨੇ ਆਪਣਾ ਪੁਰਾਣਾ ਕਲਚਰ ਵੀ ਦਿਖਾਤਾ, ਸਿੰਗਿੰਗ ਵੀ ਹੈ, ਤਿੰਨ ਸਿੰਗਰ ਲਏ ਹੈ, ਵਿੱਚ ਰੈਪ ਵੀ ਹੈ, ਇੱਕ ਪੁਰਾਣਾ ਕਲਚਰ ਦਾ ਇੱਕ ਗਾਣਾ, ਮਤਲਬ ਪੁਰਾਣੇ ਕਿਸੇ ਓਲਡ ਸਿੰਗਰ ਤੋਂ ਲਿਆ, ਠੀਕ ਹੈ, ਜੋ ਅੰਡਰਰੇਟਡ ਹੈ। ਉਸ ਤੋਂ ਬਾਅਦ ਰੈਪ ਵੀ ਹੈ ਵਿੱਚ, ਫਿਰ ਇਹਨਾਂ ਨੇ ਡਾਂਸ ਵੀ ਕੀਤਾ, ਫਿਰ ਇਹਨਾਂ ਨੇ ਉਹ ਕਲਚਰ ਨੂੰ ਰੀਪ੍ਰਜੈਂਟ ਕਰਨ ਦੇ ਲਈ ਉਹੋ ਜਿਹੇ ਕੱਚੇ ਘਰਾਂ ਦੇ ਵਿੱਚ ਸੈਟਅਪ ਲਗਾਇਆ, ਇੰਸਟਰੂਮੈਂਟਸ ਯੂਜ਼ ਕੀਤੇ ਹੈ, ਕੰਪੋਜੀਸ਼ਨ ਹੈ ਜਿਹੜੀ ਉਹ ਬੜੀ ਵਧੀਆ ਬਣਾਈ ਹੈ, ਲਿਰਿਕਸ ਦੇ ਨਾਲ ਬਹੁਤ ਸੋਹਣਾ ਖੇਡੇ ਹੈ ਲਿਰਿਕਸ ਦੇ ਨਾਲ। ਇਟ ਮੀਨ ਆਈ ਮੀਨ ਟੂ ਸੇ ਕਿ ਜਿੱਦਾਂ
ਆਈ ਆਈ ਇੱਕ ਲਿਰਿਕਸ ਚੱਲ ਰਿਹਾ, ਉਹਦੇ ਵਿੱਚ ਇੱਕ ਰੈਪ ਜਿਹੜਾ ਬੰਦਾ ਦੇ ਰਿਹਾ ਉਹ ਗੱਲ ਕਰ ਰਿਹਾ ਕਿ ਕਿੱਦਾਂ ਮੈਂ ਸਟੇਜ 'ਤੇ ਚੜ੍ਹ ਰਿਹਾ, ਲੋਕ ਮੈਨੂੰ ਦੇਖ ਰਹੇ ਆ, ਉਹ ਇੰਸਪੀਰੇਸ਼ਨਲ ਉਹਦੇ ਵਿੱਚ ਤੁਹਾਨੂੰ ਰੈਪ ਦੇ ਵਿੱਚ ਲਿਰਿਕਸ ਦੇਖਣ ਨੂੰ ਮਿਲਣਗੇ, ਠੀਕ ਹੈ। ਉਸ ਤੋਂ ਬਾਅਦ ਵਿੱਚ ਮੋਰ ਆ ਰਿਹਾ, ਤੁਸੀਂ ਇਸ ਚੀਜ਼ ਨੂੰ ਰਿਲੇਟ ਕਰ ਸਕਦੇ ਹੋ ਕਿਸ ਢੰਗ ਨਾਲ, ਕਿ ਉਹਨਾਂ ਨੇ ਮੋਰ ਦੀ ਖੂਬਸੂਰਤੀ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਾਂ ਨੂੰ ਦਿਖਾਇਆ, ਠੀਕ ਹੈ। ਐਂਡ ਇੱਕ ਡਾਰਕ ਥੀਮ ਰੱਖਿਆ, ਡਾਰਕ ਥੀਮ ਦੇ ਵਿੱਚ ਇਹਨਾਂ ਨੇ ਬਹੁਤ ਜ਼ਬਰਦਸਤ ਜਿਹੜੀ ਜਿੰਨੀ ਵੀ ਪ੍ਰੈਜੈਂਟੇਸ਼ਨ ਹੈ ਉਹ ਵਧੀਆ ਢੰਗ ਨਾਲ ਪੋਰਟਰੇ ਕੀਤੀ ਹੈ। ਲਾਈਟਸ ਦਾ ਬਾ ਕਮਾਲ ਕੰਮ ਕੀਤਾ ਗਿਆ ਇਹਦੇ ਵਿੱਚ। ਦੇਖੋ ਇਹਨਾਂ ਨੇ ਜਿੰਨਾ ਧਿਆਨ ਇਹ ਮਿਊਜ਼ਿਕ 'ਤੇ ਰੱਖ ਰਹੇ ਆ ਨਾ, ਓਨਾ ਹੀ ਧਿਆਨ ਇਹ ਵੀਡੀਓ ਪ੍ਰੋਡਕਸ਼ਨ 'ਤੇ ਵੀ ਰੱਖ ਰਹੇ ਆ। ਕੈਮਰਾਜ਼ ਦੀ ਕੁਆਲਿਟੀ, ਜਿਹੜੇ ਇੰਸਟਰੂਮੈਂਟ ਪਲੇ ਕਰ ਰਹੇ ਆ, ਉਹਨਾਂ ਦਾ ਡਰੈਸਿੰਗ ਸੈਂਸ, ਦੇਖੋ ਈਚ ਐਂਡ ਐਵਰੀਥਿੰਗ ਇਹ ਪ੍ਰੋਪਰ ਧਿਆਨ ਰੱਖ ਰਹੇ ਆ। ਐਂਡ ਆਈ ਥਿੰਕ ਜਦੋਂ ਇੱਕ ਨਵਾਂ ਸੀਜ਼ਨ ਆਉਂਦਾ ਨਾ, ਇਹਨਾਂ 'ਤੇ ਇੱਕ ਨਵੀਂ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਯਾਰ ਇਸ ਟਾਈਮ ਹੁਣ ਕੁਛ ਸਾਨੂੰ ਉਸ ਤੋਂ ਵੀ ਜ਼ਬਰਦਸਤ ਕਰਨਾ ਪੈਣਾ, ਤਾਂ ਜੋ ਕੋਈ ਵੀ ਬੰਦਾ ਜਿਹੜਾ ਉਹਦੇ ਵਿੱਚੋਂ ਕਮੀਆਂ ਨਾ ਲੱਭ ਸਕੇ। ਐਂਡ ਦੇਖੋ ਇਹਦੇ ਵਿੱਚ ਇਹਨਾਂ ਨੇ ਜਿਹੜਾ ਉਹ ਸਟਾਰਟਿੰਗ 'ਤੇ ਇੱਕ ਉਹ ਚਾਦਰ ਦਿਖਾਈ ਸੀ, ਬਲੈਂਕਟ, ਜਿਹਦੇ ਉੱਤੇ ਕੋਕ ਸਟੂਡੀਓ, ਇਹਨਾਂ ਦਾ ਇੱਕ ਪ੍ਰੋਮੋ ਵੀ ਆਇਆ ਸੀ ਜਿਹਦੇ 'ਚ ਕੋਈ ਲੇਡੀ ਇੱਦਾਂ ਕਢਾਈ ਕਰ ਰਹੀ ਸੀਗੀ ਅਤੇ ਉਹਨੂੰ ਸਾਹਮਣੇ ਦਿਖਾ ਰਹੀ ਸੀ। ਐਂਡ ਆਈ ਥਿੰਕ ਸੁਪਰ ਰੀਅਲੀ ਨਾਈਸ। ਪਿੱਛੇ ਦੇਖੋ ਇਹਨਾਂ ਨੇ ਫੁਲਕਾਰੀਆਂ ਲਗਾਈਆਂ। ਪਹਿਲਾਂ ਦੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਤੁਸੀਂ ਚਾਦ, ਜਿਵੇਂ ਹੁਣ ਆਹ ਲਈ ਵੀ ਆਹ ਚੀਜ਼ ਹੈ, ਦੇਖੋ ਆਹ ਦੇਖੋ ਇੱਥੇ ਇਹਨਾਂ ਨੇ ਇੱਕ ਆਈ ਡੋਂਟ ਨੋ ਕਿ ਇਹਨੂੰ ਕੀ ਕਹਿੰਦੇ ਆ, ਪਰਦਾ ਟਾਈਪ ਹੈ, ਚਲੋ ਠੀਕ ਹੈ। ਹੁਣ ਮੈਨੂੰ ਵੀ ਨਹੀਂ ਪਤਾ ਇਹਦੇ 'ਤੇ ਫੁੱਲ ਬੂਟੀਆਂ ਦੇ ਨਾਲ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਚਿੱਤਰਕਾਰੀ ਕੀਤੀ ਜਾਂਦੀ ਸੀ, ਠੀਕ ਹੈ। ਇੱਥੇ ਦੇਖੋ ਇਹਨਾਂ ਨੇ ਆਹ ਹਿਰਨ ਬਣਾਇਆ, ਸਾਈਕਲ ਬਣਾਇਆ ਅਤੇ ਐਲੀਫੈਂਟਸ ਬਣਾਏ ਹੈ, ਇੱਧਰ ਮੋਰ ਅਤੇ ਪੰਛੀ ਸਾਰੇ ਕੁਛ ਹੀ ਹੈ। ਅਤੇ ਦੇਖੋ ਇਹ ਚੀਜ਼ਾਂ ਇਹਨਾਂ ਨੇ ਰੀਪ੍ਰਜੈਂਟ ਕੀਤੀਆਂ, ਇਹ ਇੱਕ ਕਲਚਰ ਹੈ ਜਿਹੜਾ ਉਹਨਾਂ ਨੇ ਆਪਦੇ ਜ਼ਰੀਏ ਇਸ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਦਿਖਾਇਆ, ਪੂਰੀ ਦੁਨੀਆਂ ਨੂੰ ਦਿਖਾਇਆ। ਐਂਡ ਦੇਖੋ ਆਹ ਪਿੱਛੇ ਜਿਵੇਂ ਹੁਣ ਪਹਿਲਾਂ ਕੱਚੇ ਘਰ ਹੁੰਦੇ ਸੀ, ਕੱਚੇ ਘਰਾਂ ਦੇ ਉੱਤੇ ਆਹ ਦੇਖੋ ਫਿਸ਼ ਬਣਾਈ ਹੈ, ਹੱਥ ਬਣਾਇਆ। ਇਹ ਚੀਜ਼ਾਂ ਪਹਿਲਾਂ ਚੱਲਦੀਆਂ ਹੁੰਦੀਆਂ ਸੀ, ਮੈਨੂੰ ਤਾਂ ਯਾਦ ਹੈ ਕਿਉਂਕਿ ਮੈਂ ਵੀ ਇਹਨਾਂ ਘਰੋਂ 'ਚ ਨਿਕਲਿਆ। ਸਾਡੇ ਪਿੰਡ ਜਦੋਂ ਮੈਂ ਰਹਿੰਦਾ ਸੀਗਾ ਤਾਂ ਜਿੱਥੇ ਮੇਰਾ ਜਨਮ ਹੋਇਆ, ਪਿੰਡ 'ਚ ਜਨਮ ਹੋਇਆ ਮੇਰਾ, ਅਤੇ ਉੱਥੇ ਹੀ ਅਸੀਂ ਇਹ ਚੀਜ਼ਾਂ ਵੀ ਦੇਖਦੇ ਸੀਗੇ, ਠੀਕ ਹੈ। ਮੰਜਾ ਬੁਣਨਾ, ਇੱਕ ਆਹ ਬਾਈ ਨੇ ਪਤਾ ਨਹੀਂ ਕੀ ਇੰਸਟਰੂਮੈਂਟ ਪਲੇ ਕੀਤਾ ਯਾਰ, ਇਹ ਮੈਂ ਦੁਬਾਰਾ ਸੁਣੂੰਗਾ ਇੱਥੋਂ ਦੀ। ਓਕੇ, ਇਹ ਮੈਨੂੰ ਨਹੀਂ ਪਤਾ ਇਹ ਕਿਹੜਾ ਇੰਸਟਰੂਮੈਂਟ ਹੈ, ਇਹਨੂੰ ਮੂੰਹ ਨਾਲ ਵਜਾ ਰਿਹਾ ਨਾ, ਸ਼ਾਇਦ ਜਿੱਦਾਂ ਤੂੰਬੀ ਟਾਈਪ ਹੈ ਮੇ ਬੀ। ਅਤੇ ਦੇਖੋ ਮਾਈਕ ਦੇ ਉੱਤੇ ਵੀ ਇਹਨਾਂ ਨੇ ਇੱਕ ਬੰਨਿਆ ਕੁਛ ਗਾਨਾ ਟਾਈਪ। ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਯਾਰ, ਸੀਰੀਅਸਲੀ ਇਨਸੇਨ ਵੀਡੀਓ ਯਾਰ। ਮਤਲਬ ਇੱਕ ਵੀਡੀਓ ਦੇ ਲਈ ਇੰਨੀ ਮਿਹਨਤ ਕਰਨੀ, ਪੂਰੀ ਟੀਮ ਦਾ ਕੰਮ ਹੁੰਦਾ ਇਹ, ਠੀਕ ਹੈ। ਮੈਂ ਹਮੇਸ਼ਾ ਇੰਪ੍ਰੈਸ ਰਿਹਾ ਇਸ ਕੋਕ ਸਟੂਡੀਓ ਤੋਂ, ਮੈਂ ਹੀ ਨਹੀਂ ਸਾਡੇ ਇੰਡੀਆ ਦੇ ਵਿੱਚ ਬਹੁਤ ਲੋਕ ਆ ਜਿਹੜੇ ਕੋਕ ਸਟੂਡੀਓ ਨੂੰ ਸੁਣਦੇ ਆ। ਅਤੇ ਕੋਕ ਸਟੂਡੀਓ ਦਾ ਜੋ ਲੈਵਲ ਹੈ ਨਾ, ਸ਼ਾਇਦ ਉਹ ਕੋਈ ਹੋਰ ਵੀ ਕੋਈ ਸਟੂਡੀਓ ਜਿਹੜਾ ਬੀਟ ਨਹੀਂ ਕਰ ਪਾਊਗਾ। ਐਂਡ ਇਹ ਮੈਂ ਸਿਰਫ ਕੋਈ ਮਤਲਬ ਫੋਕੀ ਵਾਹਵਾ ਨਹੀਂ ਕਰ ਰਿਹਾ ਯਾਰ, ਤੁਹਾਨੂੰ ਦੇਖ ਰਿਹਾ ਮੈਂ ਜਿੰਨੀਆਂ ਚੀਜ਼ਾਂ ਪੁਆਇੰਟ ਆਊਟ ਕੀਤੀਆਂ, ਸ਼ਾਇਦ ਕੋਈ ਰਹਿ ਵੀ ਗਿਆ ਹੋਣੀਆਂ ਕਿਉਂਕਿ ਮੈਂ ਫਸਟ ਟਾਈਮ ਇਹ ਰਿਐਕਸ਼ਨ ਦੇ ਰਿਹਾ, ਫਸਟ ਟਾਈਮ ਮਤਲਬ ਵੀਡੀਓ ਦੇਖੀ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ। ਲੇਕਿਨ ਹੋਪਸ ਹੋ ਕਿ ਮੈਂ ਦੁਬਾਰਾ ਜੇ ਇਹਨੂੰ ਵੀਡੀਓ ਦੇਖੂੰਗਾ ਤਾਂ ਮੈਂ ਹੋਰ ਚੀਜ਼ਾਂ ਜਿਹੜੀਆਂ ਡਿਸਕਸ ਕਰ ਸਕਦਾ। ਪਰ ਅਮੇਜ਼ਿੰਗ ਸੀ ਯਾਰ, ਮੈਨੂੰ ਮਜ਼ਾ ਆਇਆ। ਸਭ ਤੋਂ ਮੇਨ ਗੱਲ ਕਿ ਇਹ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਲੋਕਾਂ ਨੂੰ ਚੁੱਕ ਕੇ ਉਹਨਾਂ ਨੂੰ ਇੱਕ ਛੱਤ ਦੇ ਹੇਠਾਂ ਲਿਆ ਕੇ ਉਹਨਾਂ ਨੂੰ ਰੈਕਟੀਫਾਈ ਕਰਕੇ ਆਪਣੇ ਸਾਹਮਣੇ ਪੇਸ਼ ਕਰਦੇ ਆ, ਐਂਡ ਬਹੁਤ ਹੀ ਸੋਹਣਾ ਪੇਸ਼ ਕਰਦੇ ਆ। ਉਮੀਦ ਹੈ ਤੁਹਾਨੂੰ ਵੀ ਗਾਣਾ ਵਧੀਆ ਲੱਗਾ ਹੋਊਗਾ। ਐਂਡ ਮੇਰਾ ਰਿਐਕਸ਼ਨ ਕਿੱਦਾਂ ਲੱਗਾ, ਜਸਟ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਬਿਲੋ। ਐਂਡ ਮੇਕ ਸ਼ੋਰ ਯੂ ਹਿੱਟ ਦੈਟ ਸਬਸਕ੍ਰਾਈਬ ਬਟਨ, ਆਈ ਨੀਡ ਯੂਅਰ ਸਪੋਰਟ। ਤੁਹਾਡੇ ਲਈ ਫਰੀ ਆਫ ਕੋਸਟ ਹੈ, ਕੁਛ ਨਹੀਂ ਜਾਣਾ, ਤੁਸੀਂ ਜਸਟ ਸਬਸਕ੍ਰਾਈਬ ਕਰਨਾ, ਲੇਕਿਨ ਮੇਰੇ ਲਈ ਇਹ ਬਹੁਤ ਵੱਡੀ ਮੋਟੀਵੇਸ਼ਨ ਹੈ। ਸੋ ਜਸਟ ਸਬਸਕ੍ਰਾਈਬ ਅਵਰ ਚੈਨਲ, ਮਿਲਦੇ ਅਗਲੀ ਵੀਡੀਓ 'ਚ, ਸਤਿ ਸ਼੍ਰੀ ਅਕਾਲ। ਚੈਨਲ ਕੋ ਸਬਸਕ੍ਰਾਈਬ ਕਰ, ਸ਼ੇਅਰ ਕਰ ਜ਼ਰੂਰ ਕਰ ਨਾ ਬੋਲ।